ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚਸਕਾ ਟੀਵੀ ਤੇ ਮੈਂ ਸ਼ਾਇਨ ਕੋਟਪੂਰਾ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਨਕੋਰ ਪ੍ਰੋਗਰਾਮ ਇੱਕ ਆਵਾਜ਼ ਇਹ ਵੀ। ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਉਹ ਆਵਾਜ਼ਾਂ ਸੁਣਨ ਨੂੰ ਮਿਲਣਗੀਆਂ ਜੋ ਸ਼ਾਇਦ ਤੁਸੀਂ ਕਦੇ ਨਹੀਂ ਸੁਣੀਆਂ ਹੋਣਗੀਆਂ, ਤੇ ਸਾਡੀ ਕੋਸ਼ਿਸ਼ ਵੀ ਇਹੀ ਰਹੂਗੀ ਕਿ ਉਹਨਾਂ ਆਵਾਜ਼ਾਂ ਨੂੰ ਉਹਨਾਂ ਕਲਾਕਾਰਾਂ ਨੂੰ ਤੁਹਾਡੇ ਰੂਬਰੂ ਕੀਤਾ ਜਾਵੇ ਜੋ ਕਲਾਕਾਰ ਕਿਸੇ ਨਾ ਕਿਸੇ ਕਾਰਨਾਂਵਸ਼ ਲੋਕਾਂ ਦੇ ਸਾਹਮਣੇ ਨਹੀਂ ਆ ਸਕੇ, ਆਪਣੀ ਕਲਾ ਲੋਕਾਂ ਦੇ ਸਾਹਮਣੇ ਨਹੀਂ ਰੱਖ ਸਕੇ। ਅਜਿਹੇ ਇੱਕ ਕਲਾਕਾਰ ਨਾਲ ਅੱਜ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ। ਕਲਾਕਾਰ ਦਾ ਨਾਮ ਹੈ ਮੁਰਾਤਬ ਅਲੀ। ਬਾਈ ਜੀ, ਕੀ ਹਾਲ ਚਾਲ? ਵਧੀਆ ਬਾਈ ਜੀ, ਤੁਸੀਂ ਸੁਣਾਓ, ਕਿਵੇਂ ਚੱਲ ਰਹੀ ਜ਼ਿੰਦਗੀ ਪਹਿਲਾਂ? ਬਸ ਠੀਕ ਆ ਬਾਈ ਜੀ। ਜੀ, ਕਲਾ ਦੇ ਇਹ ਪ੍ਰੋਗਰਾਮ ਹੈਗਾ ਕਲਾ ਦੇ ਨਾਲ ਸੰਬੰਧਿਤ, ਤੇ ਸਭ ਤੋਂ ਪਹਿਲਾਂ ਜਿਹੜੀਆਂ ਆਵਾਜ਼ਾਂ ਦੀ ਅਸੀਂ ਗੱਲ ਕਰ ਰਹੇ ਹਾਂ, ਆਵਾਜ਼ ਦਾ ਇੱਕ ਨਮੂਨਾ ਸਾਡੇ ਦਰਸ਼ਕਾਂ ਦੇ ਲਈ। ਜ਼ਰੂਰ ਜੀ ਜੀ। ਜਾਨੀਆਂ ਤੂੰ ਵੀ ਸਿੱਖ ਕਦੀ ਦੁੱਖ ਸੁੱਖ ਫੋਲਣਾ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਡੋਲਣਾ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਡੋਲਣਾ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਡੋਲਣਾ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਡੋਲਣਾ। ਹੋ ਪੁੱਛ ਕਾਲੇ ਬੱਦਲਾਂ ਤੋਂ ਸੀਨੇ ਵਿੱਚ ਅੱਗ ਲਾ ਕੇ ਲੰਘ ਗਈਆਂ ਕਈ ਬਰਸਾਤਾਂ, ਹੋ ਪੁੱਛ ਕਾਲੇ ਬੱਦਲਾਂ ਤੋਂ ਸੀਨੇ ਵਿੱਚ ਅੱਗ ਲਾ ਕੇ ਲੰਘ ਗਈਆਂ ਕਈ ਬਰਸਾਤਾਂ, ਤੁਰ ਗਏ ਸਜਣਾ ਨੀਂਦ ਰੱਖੋ ਕੇ ਜਾਗ ਕੇ ਕੱਟੀਆਂ ਰਾਤਾਂ, ਆ ਵੀ ਜਾਣਾ ਸਤਾ ਵਸਤਾ ਪਿਆਰ ਦਾ, ਇਹ ਰੁੱਤਾਂ ਸੁਣਿਆ ਮੁੜਨੀਆਂ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਡੋਲਣਾ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਡੋਲਣਾ। ਕੀ ਬਾਤ! ਥੈਂਕ ਯੂ ਸਰ। ਜਿਹੋ ਜਿਹੀਆਂ ਆਵਾਜ਼ਾਂ ਦੀ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕਿ ਤੁਹਾਡੇ ਰੂਬਰੂ ਕਰਾਂਗੇ, ਤੇ ਉਮੀਦ ਕਰਦੇ ਕਿ ਤੁਸੀਂ ਪਹਿਲੀ ਇੱਕ ਜਿਹੜੀ ਸਾਡੀ ਕੋਸ਼ਿਸ਼ ਉਸ ਨੂੰ ਸੁਣ ਕੇ ਹੀ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਣਾ ਕਿ ਜਿਹੜੇ ਕਲਾਕਾਰ ਜਾਂ ਜਿਹੜੀਆਂ ਆਵਾਜ਼ਾਂ ਪਿੱਛੇ ਦੱਬੀਆਂ ਪਈਆਂ ਨੇ ਜਾਂ ਪਿੱਛੇ ਛੁਪੀਆਂ ਪਈਆਂ ਨੇ ਉਹ ਤੁਹਾਡੇ ਸਾਹਮਣੇ ਲੈ ਕੇ ਆਉਣੀਆਂ ਨੇ, ਅਤੇ ਤੁਹਾਨੂੰ ਪਸੰਦ ਵੀ ਜ਼ਰੂਰ ਆਉਣਗੀਆਂ। ਅਤੇ ਬਾਈ ਜੀ, ਗੱਲ ਸ਼ੁਰੂ ਕਰਦੇ ਹਾਂ ਕਿ ਅਲੀ ਸਾਹਿਬ, ਜਦੋਂ ਗਾਇਕੀ ਇੰਨੀ ਨਿਖਰੀ ਹੋਈ ਆ ਤੁਹਾਡੀ, ਹੈ ਨਾ, ਅਤੇ ਇਸ ਗਾਇਕੀ ਨੂੰ ਸ਼ੁਰੂਆਤ ਜਦੋਂ ਜੇ ਆਪਾਂ ਸ਼ੁਰੂਆਤ ਤੋਂ ਗੱਲ ਕਰੀਏ, ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇਸ ਗਾਇਕੀ ਦੇ ਖੇਤਰ ਦੇ ਵਿੱਚ ਸਟਰਗਲ ਕਰਦਿਆਂ ਨੂੰ? ਮੈਂ ਸਰ 2009 ਦੇ ਵਿੱਚ ਸ਼ੁਰੂ ਕੀਤਾ ਸੀ ਸਿੰਗਿੰਗ ਲਾਈਨ ਦੇ ਵਿੱਚ ਆਉਣਾ ਜੀ। ਉਸ ਤੋਂ ਪਹਿਲਾਂ ਮੈਨੂੰ ਬਚਪਨ 'ਚ ਸਕੂਲ ਟਾਈਮ ਵੀ ਬਹੁਤ ਸ਼ੌਂਕ ਸੀ ਗਾਉਣ ਦਾ, ਕੁਛ ਰਿਲੇਟਿਵ ਮੇਰੇ ਸੰਗੀਤ ਦੇ ਪਰਿਵਾਰ ਨਾਲ ਸੀ, ਮੇਰਾ ਨਾਨਕਾ ਪਰਿਵਾਰ ਸਾਰਾ ਗਾਉਂਦਾ ਵੀ ਹੁੰਦਾ ਸੀਗਾ, ਅਤੇ ਸਕੂਲ ਟਾਈਮ ਮੈਨੂੰ ਯਾਦ ਆ ਕਿ ਮੈਂ 6th ਕਲਾਸ 'ਚ ਸੀ ਜਦੋਂ ਕਿ ਮੈਂ ਫਸਟ ਟਾਈਮ ਸਟੇਜ 'ਤੇ ਸ਼ੋਅ ਕੀਤਾ ਸੀ, ਫਸਟ ਟਾਈਮ ਗਾਇਆ ਸੀ। ਉਸ ਤੋਂ ਬਾਅਦ ਹੌਲੀ ਹੌਲੀ ਕਰਦਾ 2009 ਦੇ ਵਿੱਚ ਸਟੇਜ 'ਤੇ ਜਾਣਾ ਸ਼ੁਰੂ ਕਰ ਦਿੱਤਾ ਸੀ। ਤੇ ਜ਼ਿਆਦਾਤਰ ਜਿਹੜਾ ਤੁਸੀਂ ਗਾਇਕੀ, ਕਿਹੜੀ ਗਾਇਕੀ ਨੂੰ ਤਰਜੀਹ ਜ਼ਿਆਦਾ ਦਿੰਦੇ ਹੋ, ਸੂਫੀ ਗਾਇਕੀ ਨੂੰ ਜਾਂ ਜਿਹੜੀ ਅੱਜ ਕੱਲ੍ਹ ਕਮਰਸ਼ੀਅਲ ਚੱਲਦੀ ਪਈ? ਨਹੀਂ, ਮੈਂ ਸਰ ਸ਼ੁਰੂ ਤੋਂ ਸੂਫੀ ਸਿੰਗਿੰਗ ਨੂੰ ਜ਼ਿਆਦਾਤਰ ਪਹਿਲ ਦਿੱਤੀ ਆ, ਕਿਉਂਕਿ ਮੈਂ ਸ਼ੁਰੂ ਤੋਂ ਕੰਮ ਜੋ ਸੂਫੀ ਸਿੰਗਿੰਗ ਦਾ ਕਰਦਾ ਹੈ, ਸੁਣਦਾ ਹਰੇਕ ਨੂੰ ਆ, ਬਟ ਜੋ ਦਿਲ ਦੀ ਗੱਲ ਪੁੱਛੋ ਉਹ ਸੂਫੀਆਨਾ ਸਿੰਗਿੰਗ ਗੱਲ ਜੀ। ਅਤੇ ਗੱਲਾਂਬਾਤ ਦਾ ਸਿਲਸਿਲਾ ਸਾਡਾ ਜਾਰੀ ਰਹੂਗਾ, ਅਤੇ ਸੂਫੀਆਨਾ ਰੰਗ ਫਿਰ ਇੱਕ ਅੱਧਾ ਹੋਰ ਹੋ ਜੇ। ਮੈਂ ਤੁਹਾਨੂੰ ਗਜ਼ਲ ਸੁਣਾ ਦਿੰਦਾ ਜੀ। ਇੱਕ ਮੈਂ ਹੋਵਾਂ ਵੇ ਇੱਕ ਹੋਵੇ ਤੂੰ ਸਜਣਾ, ਇੱਕ ਮੈਂ ਹੋਵਾਂ ਤੇ ਇੱਕ ਹੋਵੇ ਤੂੰ ਸਜਣਾ, ਕੋਈ ਹੋਵੇ ਸੋਹਣੀ ਥਾਂ
जिथे दोवे बैके गल्ला करिए प्यार दिया एक मैं होवा वे एक होवे तू सजना प्यार तेरा खुशियां हजार लेके आ गया प्यार तेरा खुशियां हजार लेके आ गया अखियां दे रही आया दिल च समा गया प्यार तेरा खुशियां हजार लेके आ गया अखियां दे रही आया दिल च समा गया कोई भी ना तोड़ सके तेरा मेरा साथ कोई भी ना तोड़ सके तेरा मेरा साथ एक दिन ना दिसे दे देंगी जान तेरे कोलो वख होके तेरे कोलो वख होके मैं चन्ना एक पल ना रवा सुनिया तेरे कोलो वख होके मैं चन्ना एक पल ना रवा कोई होवे सोहनी थां कोई होवे सोहनी थां जिथे दोवें बैके गला करिए प्यार दिया एक मैं हूं। क्या बात एक गल मैं जरूर दर्शकों नाल सांझी करनी चाहूंगा कि बाई जी होरां नाल जदों आपां मिले हां ते बड़ा कहिंदे तबीयत थोड़ी जी नासार सीगी जुकाम वगैरह लग्या हुआ कोल्ड वगैरह होया हुआ है सर्दी का मौसम है शुरुआती दे दिनों दे विच सारयां दा ही इह हाल अजकल देखण नूं मिल रहा तुसीं भी ध्यान रखो ते पर जिहड़ी गल मैं तुहानूं दसणी चाहुंदा कि बाई होरां मैं कहा बाई जी थोड़ा कोल्ड होया हुआ तुहानूं ते गाउण च कोई परेशानी तां नहीं होणी ते बाई कहिंदे नहीं नहीं कोई चक्कर नहीं हैगा असीं ऐं ही कर दांगे ते जे जुकाम दे हुंदे होवे क्योंकि जिहड़े कलाकार हुंदे आ उहनां दा सब तों वड्डा बहाना जब बहाना नहीं कह सकते कईयां दी मजबूरी भी हुंदी है कि सब तों वड्डा जिहड़ा हुंदा है कि जदों कोल्ड होया ना तो उस बाद बई जी गाउणा साडे लई मुश्किल हैगा डबिंगां भी बाद चों करांगे प्रोग्राम भी बाद चों करांगे ते पर बई दी आ जज्बा देख के कि बई कोई चक्कर नहीं हैगा आपां गावांगे ते जे कोल्ड दे विच इह आवाज है ते जदों बई जी तबीयत जदों बाबे दी दया नाल तंदरुस्त आ ते फिर उदों किहो जिहीआं चीज़ां तुसीं दर्शकां दे सामणे रखोगे ते दर्शक भी इस चीज़ की बेसब्री नाल उडीक करनगे। अच्छा बई जी जदों ਤੁਸੀਂ ਗਾਇਕੀ ਦੇ ਖੇਤਰ ਦੇ ਵਿੱਚ ਤਾਂ ਤੁਸੀਂ ਕਾਫੀ ਟਾਈਮ ਤੋਂ ਸਟਰਗਲ ਕਰਦੇ ਹੋ ਰਹੇ ਹੋ ਜੀ ਜੀ ਕਿਹੜੇ ਕਾਰਨ ਰਹਿ ਗਏ ਕਿ ਹਜੇ ਤੱਕ ਲੋਕਾਂ ਦੇ ਸਾਹਮਣੇ ਨਹੀਂ ਆਉਣਾ ਉੱਭਰ ਕੇ ਆ ਸਕੇ? ਸਰ ਘਰ ਦੀਆਂ ਮਜਬੂਰੀਆਂ ਕਾਰਨ ਥੋੜ੍ਹਾ ਜਿਹਾ ਘਰ ਇਸ ਖੇਤਰ ਤੋਂ ਥੋੜ੍ਹਾ ਪਿੱਛੇ ਰਹਿ ਗਿਆ ਕਿਉਂਕਿ 2002 ਦੇ ਵਿੱਚ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀਗੀ ਜੀ। ਉਸ ਤੋਂ ਬਾਅਦ ਮੇਰੇ ਨਾਨਾ ਨਾਨੀ ਨੇ ਮੈਨੂੰ ਪਾਲਿਆ ਪੜ੍ਹਾਇਆ ਅਤੇ 2007 ਦੇ ਵਿੱਚ ਮੇਰੇ ਨਾਨਾ ਜੀ ਦੀ ਡੈਥ ਹੋ ਗਈ ਔਰ 2010 ਦੇ ਵਿੱਚ ਨਾਨੀ ਜੀ ਦੀ ਡੈਥ ਹੋ ਗਈ ਅਤੇ ਉਹਨਾਂ ਤੋਂ ਬਾਅਦ ਤਾਂ ਨਾ ਤਾਂ ਮੈਂ ਆਪਣੀ ਸਟੱਡੀ ਪੂਰੀ ਕਰ ਸਕਿਆ ਅਤੇ ਨਾ ਫਿਰ ਮੈਂ ਆਪਣੇ ਆਪ ਨੂੰ ਅੱਗੇ ਲੈ ਕੇ ਆਉਣ ਦੀ ਬਹੁਤ ਕੋਸ਼ਿਸ਼ ਕੀਤੀ ਕੁਛ ਕਾਰਨਾਂ ਕਰਕੇ ਵੀ ਮੈਂ ਪਿੱਛੇ ਰਿਹਾ ਕਿਉਂਕਿ ਘਰ ਦੀ ਜ਼ਿੰਮੇਵਾਰੀ ਸਾਰੀ ਸੀ ਸਿਰ ਦੇ ਉੱਤੇ ਵੱਡਾ ਵੀ ਘਰ 'ਚ ਮੈਂ ਸੀਗਾ ਛੋਟੀ ਸਿਸਟਰ ਸੀ ਛੋਟਾ ਬ੍ਰਦਰ ਸੀ ਤਾਂ ਉਹ ਮਜਬੂਰੀ ਨੂੰ ਜ਼ਿੰਮੇਵਾਰੀ ਨਿਭਾਉਂਦਾ ਨਿਭਾਉਂਦਾ ਅੱਜ ਤੱਕ ਪਿੱਛੇ ਹੀ ਆ ਸਿਰਫ ਕੋਸ਼ਿਸ਼ ਕਰ ਰਹੇ ਅੱਗੇ ਆਉਣ ਦੀ ਅੱਜ ਤੱਕ ਮੈਂ ਸਰ 2009 ਦੇ ਵਿੱਚ ਸਟੱਡੀ ਛੱਡ ਦਿੱਤੀ ਸੀ ਸਟੱਡੀ ਛੱਡਣ ਤੋਂ ਬਾਅਦ 10th ਕਰਕੇ ਸਟੱਡੀ ਛੱਡ ਦਿੱਤੀ ਉਸ ਤੋਂ ਬਾਅਦ ਫਿਰ ਮੈਂ ਮੇਰੇ ਮਾਮਾ ਜੀ ਸੂਫੀਆਂ ਨਾਲ ਕੰਮ ਕਰਦੇ ਹੁੰਦੇ ਸੀਗੇ ਅਤੇ ਉਹਨਾਂ ਨਾਲ ਕੁਛ ਕਵਾਲੀ ਦੀਆਂ ਪਾਰਟੀਆਂ ਸੀਗੀਆਂ ਉਹਨਾਂ ਨਾਲ ਬੈਕ ਕੋਰਸ 'ਤੇ ਚਲ ਜਾਣਾ ਜਾਂ ਤਾੜੀ ਮਾਰਨ ਚਲ ਜਾਣਾ ਉਸ ਤੋਂ ਥੋੜ੍ਹਾ ਥੋੜ੍ਹਾ ਕਰਦੇ 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 ਇੱਥੇ ਤੱਕ ਆਇਆ ਅੱਜ ਤੱਕ ਮਤਲਬ ਜਿਹੜੀ ਸਟੇਜਾਂ ਦੇ ਪਿੱਛੇ ਜਿਹੜੇ ਆਪਾਂ ਜਿਵੇਂ ਕਹਿ ਦਿੰਦੇ ਕੋਰਸ ਤੇ ਦੇ ਜਾਂਦੇ ਹੈਗੇ ਆ ਤਾਂ ਉਵੇਂ ਤੁਸੀਂ ਸਟੇਜਾਂ ਤੇ ਜਾਂਦੇ ਰਹੇ ਜੀ ਜੀ ਤੇ ਕਲਾ ਤੁਹਾਡੀ ਦੇ ਵਿੱਚ ਹੈਗੀ ਆ ਤੁਹਾਡੇ 'ਚ ਭਰਪੂਰ ਹੈਗੀ ਆ ਰੱਬ ਨੇ ਸੁਰ ਵੀ ਦਿੱਤਾ ਹੋਇਆ ਤੇ ਕਿਸੇ ਨੂੰ ਕਿਸੇ ਨਾਲ ਤੁਸੀਂ ਰਾਬਤਾ ਕਰਨ ਦੀ ਕੋਸ਼ਿਸ਼ ਜਾਂ ਕਿਸੇ ਕੰਪਨੀ ਵਾਲਿਆਂ ਨੇ ਤੁਹਾਡੇ ਨਾਲ ਕਿਸੇ ਨਾਲ ਰਾਬਤਾ ਕਰਨ ਦੀ ਅੱਜ ਤੱਕ ਕੋਈ ਕੋਸ਼ਿਸ਼ ਕੀਤੀ ਨਹੀਂ ਸਰ ਤੁਸੀਂ ਵੀ ਕੋਈ ਟਰਾਈ ਨਹੀਂ ਮਾਰੀ ਵੀ ਕਿਸੇ ਕੰਪਨੀ ਕੋਲ ਜਾਇਆ ਜਾਵੇ ਉਹਨਾਂ ਨੂੰ ਮੈਂ ਦੱਸਾਂ ਵੀ ਹਾਂ ਯਾਰ ਮੇਰੇ ਕੋਲ ਆਹ ਚੀਜ਼ ਹੈਗੀ ਆ ਜਾਂ ਮੈਂ ਕੁਛ ਕਰ ਸਕਦਾ ਮੈਂ ਸਰ ਤੁਹਾਨੂੰ ਦੱਸਿਆ ਵੀ ਜ਼ਿੰਮੇਵਾਰੀ ਬਹੁਤ ਸੀਗੀ ਮੇਰੇ 'ਤੇ ਅਤੇ ਉਸ ਜ਼ਿੰਮੇਵਾਰੀ ਨਿਭਾਉਂਦੇ ਅੱਜ ਤੱਕ ਕਦੇ ਕਿਸੇ ਕੰਪਨੀ ਦੇ ਕੋਲ ਜਾਏ ਨਹੀਂ ਹੋਇਆ ਹਾਂ ਵੈਸੇ ਵੱਡੇ ਸਿੰਗਰਾਂ ਨਾਲ ਰਾਬਤਾ ਹੈ ਬਟ ਕੋਈ ਵੀ ਅੱਗੇ ਨਹੀਂ ਲੈ ਕੇ ਆ ਸਕਿਆ ਅੱਜ ਤੱਕ ਕੋਸ਼ਿਸ਼ ਜ਼ਰੂਰ ਕੀਤੀ ਸੀ ਵੱਡੇ ਸਿੰਗਰਾਂ ਨੂੰ ਮਿਲ ਕੇ ਅੱਗੇ ਆਉਣ ਦੀ ਬਟ ਨਹੀਂ ਜੀ ਘਰ ਦੇ ਹਾਲਾਤ ਕੀ ਚੱਲਦੇ ਆ ਇਸ ਟਾਈਮ ਘਰ ਦੇ ਹਾਲਾਤ ਸਰ ਮੈਂ ਇੱਕ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦਾ ਸੋ ਘਰ ਦੇ ਜਿਹੜਾ ਕੰਮ ਮਿਲ ਜਾਵੇ ਉਹੀ ਕਰ ਲਈਦਾ ਦਿਹਾੜੀਆਂ ਵੀ ਕੀਤੀਆਂ ਨੇ ਸਰ ਫਿਰ ਮੇਰੇ ਤੋਂ ਛੋਟੇ ਬ੍ਰਦਰ ਨੇ ਵੀ ਸਟੱਡੀ ਕੀਤੀ
ਉਹਨੂੰ ਵੀ ਪੜ੍ਹਾਇਆ ਸੋ ਉਹ ਵੀ ਅੱਜ ਕੱਲ੍ਹ ਇਹੀ ਕੰਮ ਕਰ ਰਿਹਾ ਕਿਉਂਕਿ ਇੱਕ ਮਿਡਲ ਕਲਾਸ ਫੈਮਿਲੀ ਹੈ ਸਾਡੀ ਦਿਹਾੜੀ ਦਾ ਆਪਾਂ ਵੀ ਕਰੀਦਾ ਆ ਸਿੰਗਿੰਗ ਦਾ ਕੰਮ ਵੀ ਕਰੀਦਾ ਜੀ ਜ਼ਿਆਦਾ ਫੋਕਸ ਤੁਸੀਂ ਸਿੰਗਿੰਗ ਤੇ ਦਿੱਤਾ ਹੋਇਆ ਜੀ 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 ਕਿਉਂਕਿ ਜਦੋਂ ਫ੍ਰੀ ਹੋ ਜਾਈਦਾ ਆ ਕਿਉਂਕਿ ਜਿਹੜੇ ਸੂਫੀਆਂ ਨਾਲ ਕੰਮ ਹੁੰਦੇ ਆ ਜ਼ਿਆਦਾਤਰ ਗਰਮੀਆਂ ਦੇ ਵਿੱਚ ਚੱਲਦੇ ਆ ਜੀ ਮਈ ਜੂਨ ਜੁਲਾਈ ਅਗਸਤ ਤੱਕ ਚੱਲਦੇ ਆ ਉਸ ਤੋਂ ਬਾਅਦ ਫਿਰ ਸਾਰਾ ਟਾਈਮ ਫ੍ਰੀ ਹੁੰਦੇ ਆ ਉਸ ਟਾਈਮ ਪਾਰਟ ਟਾਈਮ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਮੈਸਨ ਦਾ ਹੋ ਗਿਆ ਜਾਂ ਪੇਂਟ ਦਾ ਹੋ ਗਿਆ ਕੋਈ ਵੀ ਕਰਨਾ ਪੈਂਦਾ ਜੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕੰਮ ਬਹੁਤ ਘੱਟ ਹੁੰਦਾ ਸੂਫੀਆਂ ਨਾਲ ਤੇ ਘਰ ਦਾ ਗੁਜ਼ਾਰਾ ਠੀਕ ਚੱਲ ਰਿਹਾ ਤੁਹਾਡੀ ਦਿਹਾੜੀ ਦੱਪੇ ਨਾਲ ਹੀ ਚਾਹੀ ਸਹੀ ਪਰ ਘਰ ਦਾ ਗੁਜ਼ਾਰਾ ਸਹੀ ਚੱਲ ਰਿਹਾ ਘਰ ਦਾ ਗੁਜ਼ਾਰਾ ਸਰ ਅੱਜ ਦੀ ਮਹਿੰਗਾਈ ਦੇ ਟਾਈਮ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜੀ ਫਿਰ ਵੀ ਮਾਲਕ ਦੇਈ ਜਾਂਦਾ ਹੈ ਜੀ ਅੱਛਾ ਚੱਲੀ ਜਾਂਦਾ ਗਾਇਕੀ ਦੇ ਖੇਤਰ ਦੇ ਵਿੱਚ ਇੰਨਾ ਟਾਈਮ ਤੁਹਾਨੂੰ ਹੋ ਗਿਆ ਸਟਰਗਲ ਵੀ ਤੁਸੀਂ ਕਰਦੇ ਪਏ ਹੈਗੇ ਹੋ ਕਿੰਨਾ ਟਾਈਮ ਸਕੂਲ ਟਾਈਮ ਤੋਂ ਤੁਸੀਂ ਗਾ ਰਹੇ ਹੋ ਸਟੇਜਾਂ ਵੀ ਲਾ ਲਈਆਂ ਹਨਾ ਇਨਕਮ ਦਾ ਸੋਰਸ ਕਿਸੇ ਨਾ ਕਿਸੇ ਪਾਸੇ ਇਨਕਮ ਦਾ ਸੋਰਸ ਦਿਖਦੀ ਹੈ ਗਾਇਕੀ ਸਰ ਹੈ ਇਨਕਮ ਦਾ ਸੋਰਸ ਬਟ ਉਹ ਵੱਡੇ ਸਿੰਗਰਾਂ ਦਾ ਹੀ ਉਹੀ ਕਹਿੰਦਾ ਤੁਹਾਡੇ ਲਈ ਬਣੀ ਕਿ ਨਹੀਂ ਬਣੀ ਨਹੀਂ ਮੇਰੇ ਲਈ ਤਾਂ ਅੱਜ ਤੱਕ ਨਹੀਂ ਸਿਰਫ ਗੁਜ਼ਾਰਾ ਹੀ ਚੱਲ ਰਿਹਾ ਮੇਰੇ ਲਈ ਕੋਈ ਇੱਦਾਂ ਦੀ ਵੱਡੀ ਇਨਕਮ ਨਹੀਂ ਮੈਂ ਅੱਜ ਤੱਕ ਗਾਇਕੀ ਦੇ ਵਿੱਚੋਂ ਹਾਸਲ ਕੀਤੀ ਜਿਹੜੀ ਕਹਾਂ ਬਟ ਮਾਲਕ ਨੇ ਸੁਰ ਬਖਸ਼ਿਆ ਜਾਂ ਇਹ ਸਭ ਕੁਝ ਮਾਲਕ ਦੀ ਦੇਣ ਜੀ ਬਟ ਕੋਈ ਵੱਡੀ ਇਨਕਮ ਤਾਂ ਅੱਜ ਤੱਕ ਨਹੀਂ ਲਈ ਹੈਗੀ ਤੇ ਗੱਲਬਾਤ ਦਾ ਸਿਲਸਿਲਾ ਅੱਗੇ ਜਾਰੀ ਰੱਖਾਂਗੇ ਤੇ ਹੋ ਜੇ ਜੀ ਫਿਰ ਕੁਝ ਨਮੂਨਾ ਮੈਂ ਤੁਹਾਨੂੰ ਆਪਣਾ ਲਿਖਿਆ ਸੁਣਾ ਦਿੰਦਾ ਉਹ ਕੁਛ ਮਾਂ ਬਾਰੇ ਲਿਖਣ ਦੀ ਕੋਸ਼ਿਸ਼ ਕੀਤੀ ਸੀ ਲਿਖਣਾ ਤਾਂ ਨਹੀਂ ਆਉਂਦਾ ਲਿਖਣ ਦੀ ਕੋਸ਼ਿਸ਼ ਕੀਤੀ ਸੀ ਇੱਕ ਇੱਕ ਟੈਲੈਂਟ ਹੋਰ ਨਾਲ ਉੱਭਰ ਕੇ ਹੁਣ ਤੁਹਾਨੂੰ ਦਿਖੂਗਾ ਕਿ ਲਿਖ ਵੀ ਲੈਂਦੇ ਨੇ ਮਾਂ ਵਰਗਾ ਕਿਤੇ ਪਿਆਰ ਨਹੀਂ ਲੱਭਣਾ ਮਾਂ ਵਰਗਾ ਦੁਲਾਰ ਨਹੀਂ ਲੱਭਣਾ ਮਾਂ ਵਰਗਾ ਕਿਤੇ ਪਿਆਰ ਨਹੀਂ ਲੱਭਣਾ ਮਾਂ ਵਰਗਾ ਦੁਲਾਰ ਨਹੀਂ ਲੱਭਣਾ ਨਾ ਕਰੀ ਉਮੀਦ ਵੀ ਮਾਵਾਂ ਦੀ ਨਾ ਕਰੀ ਉਮੀਦ ਵੀ ਮਾਵਾਂ ਦੀ ਬਖਸ਼ੇ ਕਦੇ ਨਾ ਜਾਵਾਂਗੇ ਜੇ ਗੁੰਮ ਹੋ ਗਈ ਇਸ ਦੁਨੀਆ ਤੋਂ ਨਾ ਮਾਨੂੰ ਕਦੇ ਲੱਭ ਪਾਵਾਂਗੇ ਜੇ ਗੁੰਮ ਹੋ ਗਈ ਇਸ ਦੁਨੀਆ ਤੋਂ ਨਾ ਮਾਨੂੰ ਕਦੇ ਲੱਭ ਪਾਵਾਂਗੇ ਜਿਹਨੇ ਮਾਂ ਚੋਂ ਰੱਬ ਨੂੰ ਪਾਲਿਆ ਉਹਨੂੰ ਲੋੜ ਨਾ ਮੱਕੇ ਜਾਵਣ ਦੀ ਮੰਜ਼ਲ ਪੈਰਾਂ ਨੂੰ ਚੁੰਮਦੀ ਏ ਰਹਿੰਦੀ ਲੋੜ ਨਾ ਤੱਕੇ ਖਾਵਣ ਦੀ ਜਿਹਨੇ ਮਾਂ ਚੋਂ ਰੱਬ ਨੂੰ ਪਾਲਿਆ ਉਹਨੂੰ ਲੋੜ ਨਾ ਮੱਕੇ ਜਾਵਣ ਦੀ ਮੰਜ਼ਲ ਪੈਰਾਂ ਨੂੰ ਚੁੰਮਦੀ ਏ ਰਹਿੰਦੀ ਲੋੜ ਨਾ ਤੱਕੇ ਖਾਵਣ ਦੀ ਬਸ ਮਾਂ ਨੂੰ ਰਾਜ਼ੀ ਕਰ ਲਿਆ ਬਸ ਮਾਂ ਨੂੰ ਰਾਜ਼ੀ ਕਰ ਲਿਆ ਦਰ ਦਰ ਤੱਕੇ ਨਾ ਖਾਵਾਂਗੇ ਜੇ ਗੁੰਮ ਹੋ ਗਈ ਇਸ ਦੁਨੀਆ ਤੋਂ ਨਾ ਮਾਂ ਨੂੰ ਕਦੇ ਲੱਭ ਪਾਵਾਂਗੇ ਕਿਆ ਬਾਤ ਕਿਆ ਬਾਤ ਗਾਇਕੀ ਤਾਂ ਚਲੋ ਬਾਕਮਾਲ ਹੈ ਹੀ ਆ ਪਰ ਜੋ ਲਿਖਿਆ ਤੁਸੀਂ ਕਿਹਾ ਮਾੜਾ ਮੋਟਾ ਲਿਖਿਆ ਪਰ ਬਹੁਤ ਸੋਹਣੀ ਚੀਜ਼ ਤੁਸੀਂ ਲਿਖੀ ਹੋਈ ਹੈ ਅਤੇ ਮਾਂ ਦੀ ਜਿਹੜੀ ਅਹਿਮੀਅਤ ਹੈਗੀ ਬਹੁਤ ਸੋਹਣੇ ਲਫ਼ਜ਼ਾਂ ਦੇ ਵਿੱਚ ਤੁਸੀਂ ਉਹਨੂੰ ਬਿਆਨ ਕੀਤਾ ਹੋਇਆ ਜੀ ਮੈਂ ਆਪਣੀ ਮਾਂ ਨੂੰ ਸਰ ਬਹੁਤ ਜ਼ਿਆਦਾ ਪਿਆਰ ਕਰਦਾ ਕਿਉਂਕਿ ਲੋਕਾਂ ਕੋਲ ਇੱਕ ਹੁੰਦੀਆਂ ਆ ਮੇਰੇ ਕੋਲ ਪੰਜ ਮਾਵਾਂ ਨੇ ਅੱਛਾ ਕਿਆ ਬਾਤ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਨਾਨੀ ਨੇ ਪਾਲਿਆ ਅਤੇ ਨਾਨੀ ਨਾਲੋਂ ਵੱਧ ਮੇਰੀਆਂ ਮਾਸੀਆਂ ਨੇ ਮੈਨੂੰ ਪਾਲਿਆ ਤੋ ਮੇਰੀਆਂ ਚਾਰੇ ਮਾਸੀਆਂ ਮੈਨੂੰ ਮੇਰੀ ਮਾਂ ਦੇ ਬਰਾਬਰ ਇਸ ਕਰਕੇ ਮੈਂ ਆਪਣੀਆਂ ਮਾਵਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਜੀ ਅਤੇ ਸਾਰਿਆਂ ਨੂੰ ਕਰਨਾ ਚਾਹੀਦਾ ਜੀ ਆਪਣੇ ਮਾਂ ਪਿਓ ਨਾਲ ਪਿਆਰ ਕਿਉਂਕਿ ਅੱਜ ਦੀ ਜਿਹੜੀ ਦੌੜ ਭਰੀ ਜ਼ਿੰਦਗੀ ਹੈਗੀ ਹੈ ਕਦੀ ਕਈ ਵਾਰੀ ਅਸੀਂ ਆਪਣੇ ਰੁਝਾਨਾਂ ਦੇ ਵਿੱਚ ਰੁੱਝ ਕੇ ਉਹਨਾਂ ਨੂੰ ਕਿਤੇ ਪਿੱਛੇ ਛੱਡ ਦਿੰਦੇ ਹੈਗੇ ਹਾਂ ਅਤੇ ਨਹੀਂ ਉਹਨਾਂ ਦਾ ਖਿਆਲ ਰੱਖ ਪਾਉਂਦੇ ਜਾਂ ਕਈ ਵਾਰੀ ਉਹਨਾਂ ਦਾ ਦਿਲ ਵੀ ਦਿਖਾਉਂਦੇ ਹੈਗੇ ਹਾਂ ਜਾਂ ਖਿਆਲ ਰੱਖਣਾ ਦੂਰ ਹੋਰ ਆਪਦੀਆਂ ਉਲਝਣਾਂ ਦੇ ਵਿੱਚ ਅਸੀਂ ਉਲਝੇ ਰਹਿੰਦੇ ਹਾਂ ਪਰ ਹਰੇਕ ਇਨਸਾਨ ਨੂੰ ਆਪਣੇ ਮਾਂ ਪਿਓ ਦੀ ਕਦਰ ਕਰਨੀ ਚਾਹੀਦੀ ਮਾਂ ਪਿਓ ਦੇ ਬਿਨਾਂ ਦੁਨੀਆਂ 'ਤੇ ਕੁਛ ਨਹੀਂ ਕੋਈ ਤਾਰਨ ਤਾਰਾ ਨਹੀਂ ਹੈਗਾ ਅਤੇ ਉਹੀ ਸਭ ਤੋਂ ਵੱਡਾ ਰੱਬ ਹੁੰਦੇ ਆ ਅਤੇ ਸ਼ਾਇਰਾਂ ਦਾ ਵੀ ਇਹੀ ਕਹਿਣਾ ਅਤੇ ਤੁਸੀਂ ਵੀ ਗੱਲ ਸੁਣੀ ਲਈ ਹੈਗੀ ਆ ਅਤੇ ਜਿਹਨਾਂ ਤੋਂ ਜਾਂ ਨਹੀਂ ਹੈਗੀਆਂ ਜੇ ਅਹਿਮੀਅਤ ਪੁੱਛਣੀ ਆ ਅਤੇ ਜਿਹਨਾਂ ਕੋਲ ਨਹੀਂ ਹੈਗੀਆਂ ਮਾਵਾਂ
ਜਾਂ ਜਿਨ੍ਹਾਂ ਕੋਲ ਨਹੀਂ ਹੈਗੇ ਪਿਓ ਉਹਨਾਂ ਤੋਂ ਪੁੱਛੋ ਕਿ ਕੀ ਅਹਿਮੀਅਤ ਹੁੰਦੀ ਹੈ ਮਾਂ ਪਿਓ ਦੀ। ਅੱਛਾ ਬਾਈ ਜੀ, ਗੱਲਾਂ ਦਾ ਸਿਲਸਿਲਾ ਅੱਗੇ ਤੋਰਦੇ ਹੈਗੇ ਆ ਜੀ। ਜੀ, ਕਲਾਕਾਰੀ ਦਾ ਖੇਤਰ ਤੁਸੀਂ ਚੁਣਿਆ ਹੋਇਆ, ਤੁਸੀਂ ਲਗਾਤਾਰ ਸਟਰਗਲ ਵੀ ਕਰਦੇ ਆ ਰਹੇ ਹੋ, ਕਦੇ ਕੋਈ ਇਹੋ ਜਿਹਾ ਕੋਈ ਮਨ ਦੇ ਵਿੱਚ ਕੋਈ ਖਿਆਲ ਆਇਆ ਜਾਂ ਮਨ ਨੂੰ ਕੋਈ ਬੰਦਿਸ਼ ਮਹਿਸੂਸ ਹੋਈ ਵੀ ਯਾਰ ਬੜਾ ਟਾਈਮ ਹੋ ਗਿਆ ਧੱਕੇ ਖਾਂਦਿਆਂ ਨੂੰ, ਛੱਡੀਏ ਕੋਈ ਹੋਰ ਕਿੱਤਾ ਕਰ ਲਈਏ ਜਿਹਦੇ ਨਾਲ ਕੋਈ ਗੁਜ਼ਾਰਾ ਤਾਂ ਚੰਗਾ ਹੋ ਸਕੇ? ਜੀ ਸਰ, ਆਇਆ ਸੀ ਮੈਂ ਸਰ 2018 ਦੇ ਵਿੱਚ। 2018 ਦੇ ਵਿੱਚ ਮੈਂ ਜਦੋਂ ਦੇਖਿਆ ਵੀ ਮੈਨੂੰ ਕਾਫੀ ਟਾਈਮ ਹੋ ਗਿਆ ਕੰਮ ਕਰਦੇ ਨੂੰ, ਵੀ 9 ਸਾਲ ਹੋ ਗਏ, 2009 ਦਾ ਲੱਗਾ ਆ ਮੈਂ, 18 ਚੱਲ ਪਿਆ। ਫਿਰ ਮੈਂ ਇਸ ਲਾਈਨ ਨੂੰ ਛੱਡਣਾ ਚਾਹਿਆ, ਮੈਂ ਕਿਹਾ ਵੀ ਮੈਂ ਛੱਡ ਕੇ ਕਿਤੇ ਬਾਹਰਲੀ ਕੰਟਰੀ ਚਲਾ ਜਾਂਦਾ। 2018 ਦੇ ਵਿੱਚ ਪਹਿਲਾਂ ਮੈਂ ਗਿਆ ਕਤਰ, ਦੋਹਾ ਕਤਰ ਗਿਆ, ਉੱਥੋਂ ਕਿਸੇ ਕਾਰਨ ਕਰਕੇ ਮੈਨੂੰ ਵਾਪਸ ਆਉਣਾ ਪੈ ਗਿਆ। ਉਸ ਤੋਂ ਬਾਅਦ 3 ਮਹੀਨੇ ਬਾਅਦ ਫਿਰ ਮੈਂ ਦੁਬਈ ਚਲਾ ਗਿਆ, 16 ਮਹੀਨੇ ਉੱਥੇ ਲਾਏ, ਪਰ ਜੋ ਸਿੰਗਿੰਗ ਦਿਲ 'ਚ ਵਸੀ ਹੋ ਸੀ ਉਹਨੇ ਉੱਥੇ ਵੀ ਜਾ ਕੇ ਸਾਥ ਨਹੀਂ ਛੱਡਿਆ। ਉੱਥੇ ਵੀ ਇੱਦਾਂ ਹੀ ਯਾਰਾਂ ਦੋਸਤਾਂ ਦੀ ਮਹਿਫਲ ਲੱਗ ਜਾਣੀ, ਕਹਿਣ ਆਪਣਾ ਅਲੀ ਗਾਣਾ ਸੁਣਾ, ਕੁਛ ਨਾ ਕੁਛ ਕਰਦਾ ਰਹੇ। ਤੋ 16 ਮਹੀਨੇ ਉੱਧਰ ਵੀ ਲਾ ਕੇ ਆਇਆ, ਉੱਧਰ ਵੀ ਮੇਰਾ ਮਨ ਨਹੀਂ ਟਿਕਿਆ, ਫਿਰ ਮੈਨੂੰ ਵਾਪਸ ਆ ਕੇ ਫਿਰ ਦੁਬਾਰਾ ਸਿੰਗਿੰਗ ਲਾਈਨ ਇਹ ਚੁਣਨੀ ਪਈ। ਦੁਬਾਰਾ ਫਿਰ 2020 ਦੇ ਵਿੱਚ ਮੈਂ ਵਾਪਸ ਆਇਆ, 2020 ਦੇ ਵਿੱਚ ਆ ਕੇ ਦੁਬਾਰਾ ਫਿਰ ਸਿੰਗਿੰਗ ਲਾਈਨ ਨੂੰ ਸ਼ੁਰੂ ਕੀਤਾ ਲੋਕਡਾਊਨ ਤੋਂ ਬਾਅਦ। ਹੁਣ ਫਿਰ ਇਹੀ ਲਾਈਨ ਅੱਗੇ ਚੱਲ ਰਹੀ ਆ ਜੀ। ਜਿਹੜਾ ਅੱਜ ਦਾ ਦੌਰ ਚੱਲ ਰਿਹਾ ਹੈਗਾ ਜਾਂ ਅੱਜ ਕੱਲ੍ਹ ਦੀ ਜਿਹੜੀ ਗਾਇਕੀ ਆਪਾਂ ਮਾਰਕੀਟ ਦੇ ਵਿੱਚ ਦੇਖਦੇ ਹੈਗੇ, ਸੂਫੀਜ਼ਮ ਜਿਹੜਾ ਹੈਗਾ ਉਹ ਬਹੁਤ ਘੱਟ ਦੇਖਣ ਨੂੰ ਮਿਲ ਰਿਹਾ, ਅਤੇ ਲੋਕਾਂ ਵੱਲੋਂ ਵੀ ਬਹੁਤ ਘੱਟ ਉਹਨਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਸੁਣਨ ਵਾਸਤੇ, ਘੱਟ ਮਤਲਬ ਔਡੀਅੰਸ ਉਸ ਚੀਜ਼ ਦੀ ਹੈਗੀ ਹੈ ਸੂਫੀਜ਼ਮ ਜਿਹੜੀ ਸਿੰਗਿੰਗ ਹੈਗੀ ਹੈ ਨਾ। ਤਾਂ ਇਹ ਨਹੀਂ ਲੱਗਦਾ ਕਿ ਯਾਰ ਮੈਂ ਇੱਧਰੋਂ ਸੂਫੀਜ਼ਮ ਸਿੰਗਿੰਗ ਜਿਹੜੀ ਮੈਂ ਕਰਦਾ ਹੈਗਾ ਜਾਂ ਜਿਹੜੀ ਕਲਾਸੀਕਲ ਸਿੰਗਿੰਗ ਜਿਹੜੀ ਮੈਂ ਕਰਦਾ ਹੈਗਾ ਇਹਨੂੰ ਪਾਸੇ ਰੱਖ ਕੇ ਮੈਂ ਕਮਰਸ਼ੀਅਲਿਜ਼ਮ ਦੇ ਵਿੱਚ ਵੀ ਕੁਛ ਟਰਾਈ ਕਰਾਂ? ਟਰਾਈ ਸਰ ਇੱਦਾਂ ਦੀਆਂ ਵੱਡੀਆਂ ਸਟੇਜਾਂ 'ਤੇ ਮਿਲਦਾ ਕੰਮ, ਵੱਡੇ ਸਿੰਗਰਾਂ ਦੀਆਂ ਸਟੇਜਾਂ 'ਤੇ। ਹੁਣ ਸੂਫੀਆਨਾ ਸਟੇਜਾਂ ਛੋਟੀਆਂ ਹੁੰਦੀਆਂ ਆ, ਉਹ ਸਟੇਜ 'ਤੇ ਗਾਇਆ, ਬਟ ਸੁਣੀ ਦਾ ਸਭ ਨੂੰ ਆ, ਤੁਹਾਨੂੰ ਪਹਿਲਾਂ ਦੱਸਿਆ ਵੀ ਸੁਣੀ ਦਾ ਸਭ ਨੂੰ ਹੀ ਆ, ਕਰਨ ਦੀ ਕੋਸ਼ਿਸ਼। ਪਰ ਅੱਜ ਕੱਲ੍ਹ ਦੀ ਸਿੰਗਿੰਗ ਆ ਜਿਹੜੀ ਉਹ ਪੈਸਾ ਜ਼ਿਆਦਾ ਮੰਗ ਰਹੀ ਆ। ਜੇ ਆਪਾਂ ਚਾਹੁੰਦੇ ਹਾਂ ਵੀ ਆਪਣਾ ਕੋਈ ਕਮਰਸ਼ੀਅਲ ਗਾਣਾ ਆ ਜਾਵੇ ਜਾਂ ਉਸ ਲਾਈਨ ਵੱਲ ਹੋ ਜਾਈਏ, ਸੋ ਉੱਤੇ ਪੈਸੇ ਦੀ ਬਹੁਤ ਜ਼ਿਆਦਾ ਲੋੜ ਪੈਣੀ ਹੈ, ਇਸ ਕਰਕੇ ਕਦੇ ਉੱਧਰ ਨੂੰ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ। ਅੱਜ ਕੱਲ੍ਹ ਤਾਂ ਕਹਿੰਦੇ ਪਲੇਟਫਾਰਮ ਬੜੇ ਹੋ ਗਏ ਆ, ਜਿਹੜੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ, ਅਤੇ ਨਹੀਂ ਵੀ ਜੇ ਕੋਈ ਕੰਪਨੀ ਵਾਲਾ ਹੱਥ ਪਾ ਰਿਹਾ ਜੇ ਕੋਈ ਕਿਸੇ ਪਾਸੇ ਆਪਣੀ ਨਹੀਂ ਲੱਤ ਅੜ ਰਹੀ ਤਾਂ ਇਹ ਵੀ ਹੋ ਜਾਂਦਾ ਕਿ ਯਾਰ ਸੋਸ਼ਲ ਮੀਡੀਆ ਹੈਗਾ ਜੇ ਮੈਂ ਸੋਸ਼ਲ ਮੀਡੀਆ 'ਤੇ ਵੀ ਆਪਦੀ ਕਲਾ ਦਿਖਾ ਸਕਦਾ ਹੈਗਾ। ਅਤੇ ਬਹੁਤ ਸਾਰੀ ਅਸੀਂ ਨਮੂਨੇ ਵੀ ਦੇਖੇ ਹੈਗੇ ਕਿ ਸੋਸ਼ਲ ਮੀਡੀਆ ਤੋਂ ਜਿਹੜੇ ਸਟਾਰ ਬਣੇ ਹੈਗੇ ਕਲਾਕਾਰ ਹੈ ਨਾ ਰਾਤੋਂ ਰਾਤ ਸਟਾਰ, ਅਤੇ ਉਹ ਚੀਜ਼ ਤੁਸੀਂ ਨਹੀਂ ਟਰਾਈ ਕਰਕੇ ਦੇਖੀ? ਨਹੀਂ ਸਰ, ਮੈਂ ਬਹੁਤ ਘੱਟ ਯੂਜ਼ ਕਰਦਾ, ਤੁਹਾਨੂੰ ਦੱਸਿਆ ਵੀ ਕੰਮ 'ਚੋਂ ਟਾਈਮ ਨਹੀਂ ਇੰਨਾ ਹੁੰਦਾ ਮੇਰੇ ਕੋਲ, ਕਿਉਂਕਿ ਜੇ ਮੈਂ ਸਿੰਗਿੰਗ ਲਾਈਨ ਵੱਲੋਂ ਫ੍ਰੀ ਹਾਂ ਤਾਂ ਮੈਂ ਆਪਣਾ ਦੂਸਰਾ ਕੰਮ ਲੱਭਣਾ, ਜ਼ਿਆਦਾ ਸੋਸ਼ਲ ਮੀਡੀਆ ਵੱਲ ਨੂੰ ਘੱਟ ਹੀ ਧਿਆਨ ਦਿੱਤਾ ਹੈ। ਇਹ ਸਵਾਲ ਮੈਂ ਇਸ ਕਰਕੇ ਪੁੱਛਿਆ ਕਿਉਂਕਿ ਬਹੁਤ ਸਾਰੇ ਕਈ ਵਾਰੀ ਬੁੱਧੀਜੀਵੀ ਜਿਹੜੇ ਲੋਕ ਹੈਗੇ ਆ ਉਹ ਕਮੈਂਟਾਂ ਦੇ ਵਿੱਚ ਇਹ ਵੀ ਚੀਜ਼ਾਂ ਲਿਖ ਦਿੰਦੇ ਆ ਕਿ ਯਾਰ ਅੱਜ ਕੱਲ੍ਹ ਤਾਂ ਐਵੇਂ ਮਤਲਬ ਤੁਸੀਂ ਸਿੰਪਤੀਆਂ ਖੱਟਣ ਨੂੰ ਤੁਸੀਂ ਪ੍ਰੋਗਰਾਮ ਸ਼ੁਰੂ ਕਰ ਲੈਂਦੇ ਹੋ ਅਤੇ ਸਿੰਪਤੀਆਂ ਤੁਸੀਂ ਸੁਣਾਉਂਦੇ ਆ ਅਤੇ ਉਹਨਾਂ ਦੇ ਸਿਰ 'ਤੇ ਤੁਸੀਂ ਵਿਊ ਖੜਦੇ ਆ, ਪਰ ਉਹਨਾਂ ਬੰਦਿਆਂ ਨੂੰ ਵੀ ਇਹ ਦੱਸਣੀ ਅਸੀਂ ਚਾਹੁੰਦੇ ਹੈਗੇ ਕਿ ਕਈ ਵਾਰੀ ਜਿਹੜੀਆਂ ਸਟੋਰੀਜ਼ ਹੁੰਦੀਆਂ ਹੈਗੀਆਂ ਅਤੇ ਉਹ ਸੱਚੀਆਂ ਹੁੰਦੀਆਂ, ਉਹ ਹੱਡ ਬੀਤੀਆਂ ਹੁੰਦੀਆਂ, ਅਤੇ ਉਹਨਾਂ ਹੱਡ ਬੀਤੀਆਂ ਦੇ ਵਿੱਚੋਂ ਕਈ ਵਾਰੀ ਨਿਕਲਣਾ, ਉੱਭਰਨਾ ਅਤੇ ਉਸ ਕਲਾ ਨੂੰ ਬਾਹਰ ਲੈ ਕੇ ਆਉਣਾ ਕਈ ਵਾਰੀ ਬਹੁਤ ਔਖਾ ਹੋ ਜਾਂਦਾ ਹੈਗਾ। ਅਤੇ ਅਜਿਹੀ ਕਹਾਣੀ ਹੈ ਅਲੀ ਸਾਹਿਬ ਦੀ। ਅਤੇ ਭਾਅ ਜੀ, ਜਿਹੜਾ ਸਟਰਗਲ ਜਿਹੜਾ ਚੱਲ ਰਿਹਾ ਹੁਣ, ਹੁਣ ਤੁਸੀਂ ਕੀ ਕੋਸ਼ਿਸ਼ਾਂ ਕਰ ਰਹੇ ਹੋ ਕਿ ਮੈਂ ਕਿਸ ਤਰੀਕੇ ਦੀ ਗਾਇਕੀ ਕਰਾਂ ਜਾਂ ਕਿਸ ਤਰੀਕੇ ਦੇ ਗਾਣੇ ਕੀਤੇ ਜਾਣ? ਮੈਂ ਸਰ ਥੋੜ੍ਹਾ ਜਿਹਾ ਹੁਣ ਇਹ ਸੋਚਿਆ ਵੀ ਲਾਈਨ ਨੂੰ ਚੇਂਜ ਕਰਕੇ ਦੇਖਿਆ ਜਾਵੇ ਕਿ ਹੁਣ ਹਥਿਆਰਾਂ ਵਾਲਾ ਗਾਣਾ ਤਾਂ ਜੀ ਸੂਫੀਆਂ ਨਾਲ ਗਾਉਂਦੇ, ਉਹ ਤਾਂ ਗਾ ਨਹੀਂ ਹੋਣਾ। ਸੋ ਦੇਖ ਜਿਵੇਂ ਕਿ ਸਰਦੂਲ ਸਾਹਿਬ, ਸਰਦੂਲ ਸਾਹਿਬ ਸਿਕੰਦਰ ਸਾਹਿਬ, ਸਾਵਰਕੁੱਟੀ ਸਾਹਿਬ, ਇਹਨਾਂ ਦੀ ਲਾਈਨ ਨੂੰ ਥੋੜ੍ਹਾ ਜਿਹਾ ਤੁਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਜੀ, ਕਲਾਸੀਕਲ ਸਿੰਗਿੰਗ ਨੂੰ ਮੈਨੂੰ ਲੱਗਦਾ ਜਿੰਨੇ ਵੀ ਲੋਕ ਪਿਆਰ ਕਰਦੇ ਨੇ ਸੂਫੀਜ਼ਮ ਸਿੰਗਰ ਨੂੰ, ਜੋ ਲੋਕ ਪਿਆਰ ਕਰਦੇ ਨੇ, ਜਾਂ ਕਹਿ ਦਈਏ ਕਿ ਪੰਜਾਬ ਦੇ ਵਿੱਚ ਸੈਡ ਸੌਂਗਾਂ ਨੂੰ ਜੋ ਲੋਕ ਪਿਆਰ ਕਰਦੇ ਨੇ, ਸਰਦੂਲ ਸਿਕੰਦਰ ਸਾਹਿਬ ਦਾ ਨਾਮ ਹੈ ਕਹਿੰਦਾ ਸਭ ਤੋਂ ਉੱਚਾ ਨਾਮ ਹੈ, ਅਤੇ ਹਰੇਕ ਗਾਇਕ ਕੰਨੀ ਹੱਥ ਲਾ ਕੇ ਉਹਨਾਂ ਦਾ ਨਾਮ ਲੈਂਦੇ ਹੈਗੇ ਆ। ਅਤੇ ਗੱਲ ਜੇ ਉਹਨਾਂ ਦੀ ਤੁਰੀ ਹੈ ਤਾਂ ਫਿਰ ਉਹਨਾਂ ਦਾ ਕੋਈ ਨਜ਼ਰਾਨਾ ਹੋ ਜੇ ਜ਼ਰੂਰ ਜੀ। ਜਾਏ ਖੋ ਲੈ ਹੋ ਜਾਨੀ ਨਾਲ ਜਸ਼ਨ ਮਨਾ ਲੈ ਗੈਰਾਂ ਦੇ, ਮੈਂ ਕਿਵੇਂ ਸਮਝਾਵਾਂ ਦਿਲ ਅੜੀਏ ਜੋ
लतड़ गई विच पैरां दे मेरी जिंदगा दिया जेलों विच बन कैदन किर गई की करिए जे उंज गिरदी तां चुक लैंदे नजरां तों गिर गई की करिए जे उंज गिरदी तां चुक लैंदे नजरां तों गिर गई की करिए होए नजरां तों गिर गई की करिए कोई शक नहीं तू सोनिए ना तेरा कोई सनिए क्यों ताश वांगरा सबना दे हत्था विच घूमदी जानिए कोई शक नहीं तू सोनिए ना तेरा कोई सनिए क्यों ताश वांगरा सबना दे हत्था विच घूमदी जानिए तेरे मेहंदी वाले हत्था विच ओ मेहंदी वाले हत्था विच जिंद मेरी गिर गई की करिए जे उंच गिरदी तां चुक लैंदे नजरां तों गिर गई की करिए होए नजरां तों गिर गई की करिए साडियां परां तों सिखी उड़ना नी वैगी दूर किते आलणा बना के साडियां परां तों सिखी उड़ना नी वैगी दूर किते आलणा बना के वड्डियां शिकारियां ने मोह लिया वड्डियां शिकारियां ने मोह लिया वड्डियां शिकारियां ने मोह लिया जल सोने दियां रस्सियां दा पाके साडियां परां तों सिखी उड़ना नी वैगी दूर किते आलणा बना के क्या बहुत खूब बहुत खूब अली साहब होर केड़े कलाकार ने जिन्हां नूं तुसीं एडमायर करदे हो जिन्हां नूं तुसीं सुणदे हो ज्यादा ये सारे जिहड़ा गाना मैं सुनाया सुरदूल सिकंदर साहब दा ये मेरा तो फेवरेट हैगा मेरे फादर साहब दा फेवरेट सी क्या बात है मैं अज भी कैसेट सांभ के रखी हुई है मेरे फादर साहब टेप रिकॉर्डर ते सुनदे सी उहनां टाइमां दे विच टेप रिकॉर्डिंग चलदे हुंदे सी ਉਹ ਟੇਪ ਰਿਕਾਰਡਰ ਦੇ ਵਿੱਚ ਮੇਰੇ ਕੋਲ ਅੱਜ ਵੀ ਕੈਸੇਟ ਪਈ ਹੈ ਸਰਦੂਲ ਸਿਕੰਦਰ ਸਾਹਿਬ ਦੀ ਜਿਹਦੇ ਵਿੱਚ ਇਹ ਗਾਣਾ ਸੀ ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾਂ ਤੋਂ ਗਿਰ ਗਈ ਇਹ ਮੈਨੂੰ ਲੱਗਦਾ ਕਿ ਜਿਹੜੀ ਅੱਜ ਦੀ ਜਿਹੜੀ ਪੀੜ੍ਹੀ ਹੈਗੀ ਹੈ ਜਾਂ 90 ਦੇ ਦਹਾਕੇ ਦੇ ਜਿੰਨੇ ਵੀ ਅੱਜ ਕੱਲ੍ਹ ਜਿਹੜੇ ਪਹੁੰਚ ਚੁੱਕੇ ਹੈਗੇ ਨੇ ਉਹਨਾਂ ਦੇ ਮਾਂ ਪਿਓ ਨੇ ਅਤੇ ਉਹਨਾਂ ਦੇ ਗਾਂ ਅੱਗੋਂ ਬੱਚਿਆਂ ਨੇ ਉਹ ਇਹ ਜਿਹੜੇ ਸਰਦੂਲ ਸਿਕੰਦਰ ਦਾ ਸਾਹਿਬ ਦਾ ਮੈਂ ਕਹਿੰਦਾ ਦੋਨਾਂ ਜਨਰੇਸ਼ਨ ਨੇ ਜਿਹੜਾ ਰੂਪ ਦੇਖਿਆ ਹੈਗਾ ਦੋਨਾਂ ਜਨਰੇਸ਼ਨਾਂ ਨੇ ਮਾਣਿਆ ਉਹਨਾਂ ਨੂੰ ਅਤੇ ਜਿਹੜੇ ਗੀਤ ਉਸ ਜਨਰੇਸ਼ਨ ਨੂੰ ਪਸੰਦ ਸੀਗੇ ਅੱਜ ਦੀ ਜਨਰੇਸ਼ਨ ਨੂੰ ਵੀ ਉਹੀ ਗੀਤ ਉਸ ਤੋਂ ਵੀ ਜ਼ਿਆਦਾ ਮੈਨੂੰ ਲੱਗਦਾ ਕਈ ਵਾਰੀ ਪਸੰਦ ਨੇ ਅਤੇ ਬਹੁਤ ਸੁਣਦੇ ਵੀ ਨੇ ਉਹਨਾਂ ਨੂੰ ਮੈਂ ਵੀ ਇੱਕ ਗੱਲ ਸਾਂਝੀ ਕਰਨਾ ਚਾਹੂੰਗਾ ਕਿ ਮੇਰੇ ਵੀ ਜਿਵੇਂ ਫਾਦਰ ਸਾਹਿਬ ਉਹ ਵੀ ਸੇਮ ਹੀ ਸਰਦੂਲ ਸਿਕੰਦਰ ਸਾਹਿਬ ਦੇ ਉਪਾਸ਼ਕ ਰਹੇ ਨੇ ਅਤੇ ਗੀਤ ਉਹਨਾਂ ਨੇ ਵੀ ਬੜੇ ਸੁਣੇ ਅਤੇ ਉਹਨਾਂ ਤੋਂ ਹੀ ਮੈਂ ਸੁਣਨ ਲੱਗਿਆ ਸਰਦੂਲ ਸਿਕੰਦਰ ਸਾਹਿਬ ਨੂੰ ਹੈ ਨਾ ਅਤੇ ਫੁੱਲਾਂ ਦੀ ਕੱਚੀ ਵਪਾਰ ਨੇ ਹੈ ਨਾ ਕਿੰਨੇ ਗੀਤ ਉਹਨਾਂ ਦੇ ਬਹੁਤ ਹਿੱਟ ਗਏ ਲਗਭਗ ਮੈਨੂੰ ਲੱਗਦਾ ਜਿੰਨੇ ਗੀਤ ਸਰਦੂਲ ਸਿਕੰਦਰ ਸਾਹਿਬ ਨੇ ਕੀਤੇ ਆ ਸਾਰੇ ਹਿੱਟ ਹੀ ਗਏ ਨੇ ਅਤੇ ਸਾਰੇ ਸੁਣੇ ਵੀ ਨੇ ਗਾਉਣ ਦੇ ਵਿੱਚ ਜੋ ਫੀਲ ਸੀ ਜੋ ਸਕੂਨ ਸੀ ਉਹ ਅੱਜ ਤੱਕ ਲੱਭ ਨਹੀਂ ਰਿਹਾ ਕਿਤੇ ਜੇ ਉਹਨਾਂ ਤੋਂ ਬਾਅਦ ਮੈਂ ਜ਼ਿਆਦਾਤਰ ਸੁਣਨਾ ਚਾਹਿਆ ਸਾਵਰਕੁੱਟੀ ਸਾਹਿਬ ਮਾਸਟਰ ਸਲੀਮ ਭਾਜੀ ਕੁਛ ਇੱਦਾਂ ਦੇ ਸਿੰਗਰਾਂ ਨੂੰ ਸੁਣਨਾ ਚਾਹਿਆ ਜੀ ਨਵੀਂ ਜਨਰੇਸ਼ਨ 'ਚੋਂ ਦੇਖਿਆ ਜਾਵੇ ਤਾਂ ਕਮਲ ਖਾਨ ਸਾਹਿਬ ਹੋ ਗਏ ਜੀ ਖਾਨ ਭਾਜੀ ਹੋ ਗਏ ਮਾਸ਼ਾ ਅਲੀ ਜੀ ਇਹਨਾਂ ਨੂੰ ਜ਼ਿਆਦਾਤਰ ਸੁਣਨ ਦਾ ਸ਼ੌਂਕ ਆ ਕਿਉਂਕਿ ਇਹਨਾਂ ਤੋਂ ਮੈਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਰਹਿੰਦਾ ਕਿਉਂਕਿ ਬਾਕੀ ਤਾਂ ਸਿਆਣੇ ਕਹਿੰਦੇ ਆ ਜੀ ਸਾਰੀ ਉਮਰ ਲੰਘ ਜਾਂਦੀ ਆ ਬੰਦੇ ਨੂੰ ਕੁਛ ਨਹੀਂ ਆਉਂਦਾ ਬੰਦਾ ਸਾਰੀ ਉਮਰ ਸਿੱਖਦਾ ਰਹਿੰਦਾ ਬਸ ਇਹਨਾਂ 'ਚੋਂ ਲੱਭਦਾ ਰਹਿੰਦਾ ਕੁਛ ਨਾ ਕੁਛ ਆਪਣੇ ਲਈ ਅਤੇ ਨਾਲ ਫਿਰ ਦਰਵੇਸ਼ ਕਲਾਕਾਰ ਸਾਵਰਕੁੱਟੀ ਸਾਹਿਬ ਦੀ ਵੀ ਗੱਲ ਹੋਈ ਹੈ ਅਤੇ ਇੱਕ ਗੀਤ ਉਹਨਾਂ ਦਾ ਵੀ ਹੋਇਆ ਜੀ ਜ਼ਰੂਰ ਜੀ ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ ਜਾਵੇ ਕਦਰੇ ਤੇਰੇ ਵਾਜੋਂ ਜਾਵੇ ਕਦਰੇ ਤੇਰੇ ਵਾਜੋਂ ਜੀਣਾ ਸਿੱਖ ਲਿਆ ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ
ਝੂਠੇ ਵਾਦੇ ਝੂਠਿਆਂ ਲਾਰਿਆਂ ਕੋਲੋਂ ਅੱਖ ਗਿਆ ਡਾਡੀਏ ਤੇਰੇ ਜ਼ੁਲਮਾਂ ਹੱਥੋਂ ਬਾਤਾਂ ਥੱਕ ਗਿਆ ਡਾਡੀਏ ਤੇਰੇ ਜ਼ੁਲਮਾਂ ਹੱਥੋਂ ਬਾਤਾਂ ਥੱਕ ਗਿਆ ਜ਼ਖਮਾਂ ਨੂੰ ਅਸੀਂ ਨਾਲ ਹੌਸਲੇ ਜ਼ਖਮਾਂ ਨੂੰ ਅਸੀਂ ਨਾਲ ਹੌਸਲੇ ਸੀਣਾ ਸਿੱਖ ਲਿਆ ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ। ਕਿਆ ਬਾਤ ਥੈਂਕ ਯੂ ਸਰ। ਅਤੇ ਬਹੁਤ ਸਾਰੇ ਗੀਤ ਤੁਸੀਂ ਅਲੀ ਹੋਰਾਂ ਦੀ ਆਵਾਜ਼ ਦੇ ਵਿੱਚ ਸੁਣੇ, ਗੱਲਾਂ ਬਾਤਾਂ ਵੀ ਸਾਂਝੀਆਂ ਕੀਤੀਆਂ। ਅਤੇ ਬਾਈ ਜੀ, ਜਾਂਦੇ ਜਾਂਦੇ ਇੱਕ ਸਵਾਲ ਮੈਂ ਹੋਰ ਤੁਹਾਡੇ ਨਾਲ ਪੁੱਛਣਾ ਜੀ ਚਾਹੁੰਦਾ ਜੀ, ਕਿ ਕੀ ਪਲਾਨ ਨੇ ਜਾਂ ਕੀ ਤੁਹਾਡੇ ਸੁਪਨੇ ਨੇ ਕਿ ਮੈਂ ਇਸ ਚੀਜ਼ ਇਸ ਤਰੀਕੇ ਨਾਲ ਅੱਗੇ ਸਾਹਮਣੇ ਆਵਾਂ ਜਾਂ ਇਸ ਤਰੀਕੇ ਦਾ ਕਲਾਕਾਰ ਬਣਾਂ ਜਾਂ ਇਸ ਲੈਵਲ ਦਾ ਕਲਾਕਾਰ ਬਣਾਂ? ਸੁਪਨਾ ਸਰ ਇਹੀ ਆ ਕਿ ਅੱਲਾ ਪਾਕ ਇੰਨਾ ਕੁ ਹੁਨਰ ਬਖਸ਼ ਦੇਵੇ ਕਿ ਮੇਰੀ ਗਾਇਕੀ ਹਮੇਸ਼ਾ ਸਾਫ਼ ਸੁਥਰੀ ਰਹੇ। ਨਾ ਤਾਂ ਮੈਂ ਗੁਨਾਹਗਾਰ ਬੰਦਾ ਹੈ, ਨਾ ਤਾਂ ਮੈਂ ਉਸਤਾਦ ਸਾਹਿਬ ਕੋਟੀ ਜਾਂ ਖਾਨ ਸਾਹਿਬ ਵਰਗਾ ਬਣ ਸਕਦਾ, ਨਾ ਸਰਦੂਲ ਸਿਕੰਦਰ ਸਾਹਿਬ ਵਰਗਾ ਬਣ ਸਕਦਾ। ਬਸ ਇੰਨਾ ਕਿ ਮੈਂ ਉਹਨਾਂ ਦੀ ਗਾਇਕੀ ਨੂੰ ਫੋਲੋ ਕਰਦਾ ਆਇਆ ਕਿ ਗਾਂਹ ਤੋਂ ਵੀ ਮੇਰੀ ਗਾਇਕੀ ਇੱਦਾਂ ਦੀ ਹੀ ਰਹੇ, ਸਾਫ਼ ਸੁਥਰੀ ਰਹੇ, ਜਿਹਨੂੰ ਕਿ ਕੋਈ ਨਿੰਦ ਨਾ ਸਕੇ। ਬਿਲਕੁਲ ਇਹੀ ਸੁਪਨਾ ਹੈ ਜੀ। ਜੀ, ਅਤੇ ਦਰਸ਼ਕਾਂ ਨੂੰ ਵੀ ਇਹੀ ਅਪੀਲ ਹੈ ਕਿ ਜਿਹੜੇ ਇਹ ਸੁਪਨੇ ਨੇ, ਇਹ ਸੁਪਨੇ ਪੂਰੇ ਤੁਸੀਂ ਕਰਨੇ ਆ, ਕਿਉਂਕਿ ਕਲਾ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ, ਆਵਾਜ਼ ਤੁਹਾਨੂੰ ਸੁਣਾ ਦਿੱਤੀ ਹੈ, ਅਤੇ ਇਹੋ ਜਿਹੀਆਂ ਜਿਹੜੀਆਂ ਆਵਾਜ਼ਾਂ ਨੇ ਸਾਨੂੰ ਸਾਂਭਣ ਦੀ ਲੋੜ ਹੈ। ਜੇ ਅਸੀਂ ਸਾਂਭਾਂਗੇ, ਅਸੀਂ ਇਹਨਾਂ ਇਹੋ ਜਿਹੀਆਂ ਜਿਹੜੀਆਂ ਵੀਡੀਓਜ਼ ਨੂੰ ਲੋਕਾਂ ਸਾਹਮਣੇ ਲੈ ਕੇ ਜਾਵਾਂਗੇ, ਹੋਰ ਸ਼ੇਅਰ ਕਰਾਂਗੇ, ਹੋਰ ਕਮੈਂਟ ਕਰਾਂਗੇ, ਪ੍ਰਤੀਕਿਰਿਆ ਸਾਂਝੀ ਕਰੋਂਗੇ ਕਿ ਕਿੱਦਾਂ ਦੀ ਤੁਹਾਨੂੰ ਇਹ ਵੀਡੀਓ ਲੱਗੀ ਜਾਂ ਕਿੱਦਾਂ ਦੀ ਤੁਹਾਨੂੰ ਗੀਤ ਲੱਗੇ, ਕਿੱਦਾਂ ਦੀ ਆਵਾਜ਼ ਲੱਗੀ ਅਲੀ ਹੋਰਾਂ ਦੀ, ਤਾਂ ਉਸ ਦੇ ਨਾਲ ਇਹਨਾਂ ਨੂੰ ਵੀ ਹੰਗਾਰਾ ਮਿਲੂਗਾ, ਇਹਨਾਂ ਨੂੰ ਹੋਰ ਇੱਕ ਨਵੇਂ ਰਾਹ ਮਿਲਣਗੇ, ਅਤੇ ਉਹਨਾਂ ਨਵੇਂ ਰਾਹਾਂ ਦੇ ਉੱਤੇ ਚੱਲ ਕੇ ਸ਼ਾਇਦ ਜੋ ਇਹਨਾਂ ਦੇ ਸੁਪਨੇ ਹੈਗੇ ਆ ਉਹ ਇਹ ਪੂਰੇ ਕਰ ਸਕਣ। ਅਤੇ ਜਾਂਦੇ ਜਾਂਦੇ ਅਲੀ ਸਾਹਿਬ, ਦਰਸ਼ਕਾਂ ਲਈ ਇੱਕ ਗੀਤ ਹੋਰ ਹੋ ਜੇ ਅਤੇ ਫਿਰ ਅਲਵਿਦਾ ਲੈਂਦੇ ਹਾਂ। ਮੈਂ ਸਰ ਆਪਣਾ ਲਿਖਿਆ ਸੁਣਾ ਦਿੰਦਾ ਥੋੜ੍ਹਾ ਜਿਹਾ। ਕਿਸਮਤ ਜਦੋਂ ਥੱਕ ਹਾਰ ਵਹਿ ਗਈ ਅੰਤ ਵਿੱਚ ਸਭ ਨੇ ਗੱਲ ਕਹਿ ਦਿੱਤੀ ਕਿਸਮਤ ਜਦੋਂ ਥੱਕ ਹਾਰ ਵਹਿ ਗਈ ਅੰਤ ਵਿੱਚ ਸਭ ਨੇ ਸੀ ਗੱਲ ਕਹਿ ਦਿੱਤੀ ਇਹਨ ਕਮਾਏ ਤੋਂ ਕੁਝ ਨਹੀਂ ਉਹ ਹੋਵਣਾ ਇਹਨ ਕਮਾਏ ਤੋਂ ਕੁਝ ਨਹੀਂ ਉਹ ਹੋਵਣਾ ਗੱਲਾਂ ਝੂਠੀਆਂ ਪਾ ਦਿੱਤੀਆਂ ਅੱਜ ਦੇਖ ਬਾਪੂ ਤੇਰੇ ਇਸ ਪੁੱਤ ਨੇ ਗੱਲਾਂ ਘਰ ਘਰ ਹੋਣ ਲਾਤੀਆਂ ਦੇਖ ਬਾਪੂ ਤੇਰੇ ਇਸ ਪੁੱਤ ਨੇ ਗੱਲਾਂ ਘਰ ਘਰ ਹੋਣ ਲਾਤੀਆਂ ਕਈ ਆਖਦੇ ਸੀ ਇਹਨੂੰ ਕੁੜੀ ਕਿਨੇ ਦੇਣੀ ਹੈ ਛੜੇ ਨੂੰ ਹੀ ਸਾਰੀ ਜ਼ਿੰਦਗੀ ਲਗਾਉਣੀ ਪੈਣੀ ਹੈ ਕਈ ਆਖਦੇ ਸੀ ਇਹਨੂੰ ਕੁੜੀ ਕਿਨੇ ਦੇਣੀ ਹੈ ਛੜੇ ਨੂੰ ਹੀ ਸਾਰੀ ਜ਼ਿੰਦਗੀ ਲਗਾਉਣੀ ਪੈਣੀ ਹੈ ਹੁਣ ਰਿਸ਼ਤੇ ਦੀਆਂ ਗੱਲਾਂ ਕਰਦੇ ਹੁਣ ਰਿਸ਼ਤੇ ਦੀਆਂ ਗੱਲਾਂ ਕਰਦੇ ਕਈ ਕੁੜੀਆਂ ਵਖਾ ਦਿੱਤੀਆਂ ਅੱਜ ਦੇਖ ਬਾਪੂ ਤੇਰੇ ਇਸ ਪੁੱਤ ਨੇ ਗੱਲਾਂ ਘਰ ਘਰ ਹੋਣ ਲਾਤੀਆਂ ਹੈ ਘਰ ਘਰ ਹੋਣ ਲਾਤੀਆਂ ਘਰ ਘਰ ਹੋਣ ਲਾਤੀਆਂ। ਕਿਆ ਬਾਤ, ਅਤੇ ਬਹੁਤ ਬਹੁਤ ਸ਼ੁਕਰੀਆ ਜੀ ਅਲੀ ਸੀ ਅਲੀ ਸਾਹਿਬ, ਤੁਹਾਨੂੰ ਸਾਡੇ ਲਈ ਟਾਈਮ ਕੱਢਿਆ ਤੁਸੀਂ, ਅਤੇ ਦਰਸ਼ਕਾਂ ਦੇ ਰੂਬਰੂ ਹੋਏ, ਅਤੇ ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਣਾ, ਅਤੇ ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਊਗਾ। ਦੇਖਦੇ ਰਹੋ ਚਸਕਾ ਟੀਵੀ।